ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਅਸਲਾਮ ਵਾਲੇਕਮ। ਮੈਂ ਹਾਂ ਤੁਹਾਡਾ ਦੋਸਤ ਪਰਵੇਜ਼ ਭੱਟ। ਜੱਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਇਸ ਟਾਈਮ ਅਸੀਂ ਖੜ੍ਹੇ ਹਾਂ ਜੀ ਸ਼ਹਿਰ ਨਕੋਦਰ, ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ, ਸੱਚਖੰਡ ਕੋਠੀ, ਮੁਹੱਲਾ ਰਿਸ਼ੀ ਨਗਰ, ਨਕੋਦਰ ਵਿਖੇ। ਅਤੇ ਆਓ ਆਪਾਂ ਸਾਰੀ ਕੋਠੀ ਦੇ, ਬਾਪੂ ਜੀ ਦੀ ਕੋਠੀ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਅਤੇ ਨਾਲ ਨਾਲ ਕੋਠੀ ਦੇ ਸੇਵਾਦਾਰ ਸਾਰੇ ਖੜ੍ਹੇ ਆ ਜੀ, ਅਤੇ ਸਾਰਿਆਂ ਨਾਲ ਮਿਲਦੇ ਹਾਂ। ਅਤੇ ਸਾਰੀ ਕੋਠੀ ਦੇ ਦੇਖ ਸਕਦੇ ਤੁਸੀਂ, ਇਹ ਪੂਰੀ ਆਲੀਸ਼ਾਨ ਜਿਹੜੀ ਕੋਠੀ ਇਸ ਟਾਈਮ ਬਣ ਚੁੱਕੀ ਆ, ਇਹ ਸਾਰੇ ਸੇਵਾਦਾਰ ਆ, ਇਹਨਾਂ ਸਾਰਿਆਂ ਦੀ ਮਿਹਨਤ ਆ, ਸਾਰੇ ਸੇਵਾਦਾਰਾਂ ਦੀ ਮਿਹਨਤ ਆ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਦਰਸ਼ਕਾਂ ਨੂੰ। ਇਸ ਟਾਈਮ ਸਾਰੇ ਦਰਸ਼ਕ ਦੇਖ ਰਹੇ ਆ ਜੀ ਤੁਹਾਨੂੰ ਸਾਰਿਆਂ ਨੂੰ, ਅਤੇ ਅਸੀਂ ਸੋਚਿਆ ਵੀ ਇੱਕ ਵਾਰੀ ਮਿਲਾ ਦਈਏ ਤੁਹਾਡੇ ਨਾਲ, ਅਤੇ ਕੋਠੀ ਦੇ ਦਰਸ਼ਨ ਕਰਵਾ ਦਈਏ ਜੀ। ਪਹਿਲਾਂ ਦੱਸ ਦਿਓ ਜੀ ਤੁਹਾਡਾ ਕੀ ਨਾਮ ਹੈ? ਪ੍ਰਿੰਸ ਥਾਪਰ। ਪ੍ਰਿੰਸ ਥਾਪਰ ਜੀ। ਡਿੰਪਲ ਗਿੱਲ ਜੀ। ਡਿੰਪਲ ਗਿੱਲ ਜੀ। ਦਲਵੀਰ ਸਿੰਘ। ਦਲਵੀਰ ਸਿੰਘ ਜੀ। ਛੋਟਾ ਪਵਨ ਗਿੱਲ। ਛੋਟਾ ਪਵਨ ਗਿੱਲ। ਬੱਲੂ। ਬੱਲੂ ਜੀ। ਇਹ ਬੱਲੂ ਜੀ ਸਾਡੇ ਐਂਕਰ ਪੰਜਾਬ ਦੇ, ਅਤੇ ਡਿੰਪਲ ਜੀ ਆਪਾਂ ਇਹਦੇ ਨਾਲ ਨਾਲ ਚੱਲਦੇ ਹਾਂ ਜੀ, ਅਤੇ ਨਾਲ ਨਾਲ ਦਰਸ਼ਕਾਂ ਨੂੰ ਦੱਸਦੇ ਜਾਂਦੇ ਹਾਂ, ਅਤੇ ਨਾਲ ਨਾਲ ਬਾਪੂ ਦੀਆਂ ਗੱਲਾਂ, ਅਤੇ ਨਾਲ ਨਾਲ ਕੋਠੀ ਦੇ ਦਰਸ਼ਨ ਕਰਵਾਉਂਦੇ ਜਾਂਦੇ ਜੀ। ਆ ਜਾਓ ਰਿੰਕੂ ਜੀ, ਨਾਲ ਨਾਲ ਹੀ ਚੱਲਦੇ ਹਾਂ ਇਹਦੇ। ਅਤੇ ਡਿੰਪਲ ਜੀ ਪਹਿਲਾਂ ਤਾਂ ਦੱਸ ਦਿਓ ਜੀ, ਇੱਥੇ ਜਿਹੜੇ ਮੇਲੇ ਹੁੰਦੇ ਆ ਜੀ ਬਾਪੂ ਜੀ ਦੇ ਦਰਬਾਰ 'ਤੇ, ਉਹ ਕਦੋਂ ਕਦੋਂ ਮੇਲਾ ਹੁੰਦਾ ਜੀ, ਕਿੰਨੇ ਮੇਲੇ ਕਰਵਾਏ ਜਾਂਦੇ ਜੀ? ਦੇਖੋ ਜੀ, ਬਾਪੂ ਜੀ ਦਾ ਮੇਲਾ ਇੱਕੋ ਹੀ ਹੁੰਦਾ ਵਾ ਜਿਹੜਾ ਸਾਲਾਨਾ ਵੱਡਾ ਮੇਲਾ ਹੁੰਦਾ ਜੀ, 18-19-20 ਜੁਲਾਈ ਨੂੰ ਜੀ। ਬਾਕੀ ਬਰਸੀ ਹੁੰਦੀ ਆ ਬਾਪੂ ਜੀ 26-27 ਮਾਰਚ ਦੀ, ਅਤੇ ਲਵਲੀ ਸਾਈਂ ਜੀ ਦੀ ਬਰਸੀ ਹੁੰਦੀ ਆ 1-2 ਫਰਵਰੀ ਜੀ। ਲਵਲੀ ਸਾਈਂ ਜੀ ਦੀ ਜਿਹੜੀ ਬਰਸੀ ਆ ਉਹ ਹੁੰਦੀ ਆ 1-2 ਫਰਵਰੀ 1-2 ਫਰਵਰੀ ਜੀ ਜੀ। ਆਓ ਜੀ ਆਪਾਂ ਚੱਲਦੇ ਹਾਂ ਜੀ ਅੱਗੇ ਅੱਗੇ, ਅਤੇ ਤੁਹਾਨੂੰ ਪਹਿਲਾਂ ਤਾਂ ਇੱਥੋਂ ਦਿਖਾ ਦਿੰਦੇ ਹਾਂ ਜੀ, ਉਹ ਮਿਸਤਰੀ ਸਾਹਿਬ ਲੱਗੇ ਆ ਜੀ ਉੱਪਰ, ਰਿੰਕੂ ਜੀ ਦਿਖਾ ਦਿਓ। ਅਤੇ ਇਹ ਮਿਸਤਰੀ ਸਾਹਿਬ ਦਾ ਕੀ ਨਾਮ ਹੈ ਡਿੰਪਲ ਜੀ? ਰੂਪਲਾਲ ਜੀ। ਰੂਪਲਾਲ ਜੀ, ਇਹ ਰੂਪਲਾਲ ਜੀ ਜਿਹੜੇ ਮਿਸਤਰੀ ਆ ਉੱਪਰ ਤੁਸੀਂ ਦੇਖ ਸਕਦੇ ਹਾਂ, ਉਹ ਹਜੇ ਵੀ ਲੱਗੇ ਹੋਏ ਆ। ਅਤੇ ਇਹ ਜਿਹੜਾ ਸਾਰਾ ਡਿੰਪਲ ਜੀ ਦੱਸ ਦਿਓ ਵੀ ਇਹ ਜਿਹੜੀ ਆ ਕੋਠੀ ਜਿਹੜੀ ਆ ਹੁਣ ਇਸ ਟਾਈਮ ਪੂਰਾ ਸਵਰਗ ਲੱਗ ਰਿਹਾ ਜੀ, ਹੈ ਨਾ? ਅਤੇ ਇਹ ਜਿਹੜੇ ਇਹਦੇ ਮਿਸਤਰੀ ਸਾਰੇ ਦੇ ਕੌਣ ਸੀਗੇ ਜੀ ਪਹਿਲਾਂ? ਰੂਪਲਾਲ ਮਿਸਤਰੀ ਜੀ ਆ ਜੀ, ਜਦੋਂ ਤੋਂ ਦਰਬਾਰ ਇਹ ਬਣਾ ਰਹੇ ਆ। ਅੱਛਾ ਜੀ। ਉਦੋਂ ਤੋਂ ਰੂਪਲਾਲ ਮਿਸਤਰੀ ਜੀ ਆ, ਨਾਲ ਇਹਨਾਂ ਦੇ ਹੋਰ ਵੀ ਆਏ ਮਿਸਤਰੀ ਜੀ, ਪਰ ਹੈਲਪਰ ਆਏ ਆ, ਪਰ ਇਹੋ ਹੀ ਕਰ ਰਹੇ ਆ ਕੰਮ ਰੂਪਲਾਲ ਜੀ। ਵਾਹ ਜੀ ਵਾਹ। ਆਓ ਜੀ ਚੱਲਦੇ ਹਾਂ ਜੀ ਆਪਾਂ ਅੱਗੇ, ਉਹ ਦੇਖ ਸਕਦੇ ਜੀ ਰੂਪਲਾਲ ਜੀ ਲੱਗੇ ਹੋਏ ਆ ਜੀ, ਅਤੇ ਰੂਪਲਾਲ ਜੀ ਟਾਈਲਾਂ ਲਾ ਰਹੇ ਆ। ਰੂਪਲਾਲ ਜੀ ਹੈਲੋ ਕਰ ਦਿਓ ਜੀ। ਦੇਖ ਸਕਦੇ ਜੀ ਇਹ ਮਿਸਤਰੀ ਸਾਹਿਬ ਹੈ ਜੀ ਇੱਥੇ ਜਿਹੜੀ ਕੋਠੀ ਦੇ, ਆ ਦੇਖ ਸਕਦੇ ਤੁਸੀਂ ਜਿਹੜੀ ਇੰਨੀ ਆਲੀਸ਼ਾਨ ਜਿਹੜੀ ਵਧੀਆ ਤਰੀਕੇ ਦੇ ਢੰਗ ਦੇ ਨਾਲ ਜਿਹੜੀ ਇਹ ਤਿਆਰ ਕਰ ਰਹੇ ਆ ਜੀ ਕੋਠੀ ਸਾਰੀ। ਹਜੇ ਵੀ ਇਹ ਉੱਪਰ ਕੀ ਕਰ ਰਹੇ ਆ ਜੀ ਹੁਣ? ਮਨਾਰ ਬਣਾ ਰਹੇ ਜੀ। ਮਨਾਰ? ਮਨਾਰ ਬਣਾ। ਹਾਂਜੀ। ਅਤੇ ਦਲਵੀਰ ਸਿੰਘ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਪਹਿਲਾਂ ਤਾਂ ਤੁਸੀਂ ਕਿੱਥੋਂ ਆ ਜੀ? ਮੈਂ ਦਲਵੀਰ ਸਿੰਘ ਜਲੰਧਰ ਤੋਂ ਜੀ। ਜੀ ਇਹ ਸਾਰੇ ਤੋਂ ਮਹੱਲੇ ਦੇ ਹੈ ਨਾ ਜੀ ਇੱਥੇ ਜੀ? ਹਾਂਜੀ। ਅਤੇ ਇਹ ਪ੍ਰਿੰਸ ਜੀ, ਤੁਸੀਂ ਜਲੰਧਰ? ਤੁਸੀਂ ਵੀ ਜਲੰਧਰ ਤੋਂ। ਇਹ ਦਲਵੀਰ ਸਿੰਘ ਜੀ, ਤੁਸੀਂ ਇਸ ਦਰਬਾਰ ਦੇ ਨਾਲ ਕਿੱਦਾਂ ਜੁੜੇ ਜੀ? ਦਾ ਸਭ ਤੋਂ ਪਹਿਲਾਂ ਤਾਂ ਅਸੀਂ ਲਾਡੀ ਸਾਈਂ ਦੇ ਹੁੰਦੇ ਰਹੇ ਸੀ ਜੀ। ਜੀ। ਫਿਰ ਬਾਪੂ ਜੀ ਨੇ ਡਿਊਟੀ ਸਾਡੀ ਲਾਈ ਆ ਜੀ ਕੋਠੀ ਵਿੱਚ ਜੀ। ਜੀ। ਅਤੇ ਫਿਰ ਅਸੀਂ 4 ਸਾਲ ਤੋਂ ਬਾਪੂ ਜੀ ਦੇ ਕੋਠੀ ਵਿੱਚ ਆ ਰਹੇ ਹਾਂ। ਅੱਜ ਵੀਰਵਾਰ ਆ ਜੀ ਤੁਸੀਂ? ਹਾਂਜੀ ਜੀ। ਮਤਲਬ ਹਰੇਕ ਵੀਰਵਾਰ ਆਉਂਦੇ ਜੀ? ਹਾਂਜੀ, ਤਕਰੀਬਨ 5-6 ਸਾਲ ਹੋ ਗਿਆ ਜੀ ਰੈਗੂਲਰ, ਹਰ ਵੀਰਵਾਰ ਜੀ। ਅੱਛਾ ਜੀ। ਹਾਂਜੀ, ਆਉਂਦੇ ਹੀ ਆਉਂਦੇ, ਅੱਗੇ ਪਿੱਛੇ ਵੀ ਆ ਜਾਂਦੀ ਹੈ ਜਦੋਂ ਬਾਪੂ ਜੀ ਯਾਦ ਕਰਦੇ ਉਦੋਂ ਅਸੀਂ ਆ ਜੀ। ਕੋਈ ਇੱਦਾਂ ਦੀ ਗੱਲ ਹੋਈ ਜੀ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਜਿਹੜਾ ਵੀ ਤੁਹਾਨੂੰ ਇੱਥੇ
ਬਾਪੂ ਦੇ ਇਸ ਪੱਕੀ ਸੇਵਾ ਲਾਗੇ ਵੀ ਆਉਣਾ ਹੀ ਆਉਣਾ ਜੀ? ਇਹ ਦਰਅਸਲ ਬਾਪੂ ਜੀ ਦੀ ਕੋਠੀ ਆ ਜੀ। ਜੀ ਇੱਥੇ ਬਾਪੂ ਜੀ ਨੇ ਤਪ ਸਥਾਨ ਹੈ ਜੀ, ਜੀ ਤਪੱਸਿਆ ਕੀਤੀ ਹੋਈ ਹੈ ਜੀ। ਇੱਥੋਂ ਜਿਹੜਾ ਵੀ ਆਉਂਦਾ ਜੀ, ਆਪਣੀ ਮਨੋਕਾਮਨਾ ਜੋ ਵੀ ਹੁੰਦੀਆਂ ਹੈਗੀਆਂ ਜੀ, ਇਹ ਪੂਰੀਆਂ ਹੁੰਦੀਆਂ ਬਾਪੂ ਜੀ ਕਰਦੇ ਆ ਜੀ। ਹਾਂਜੀ ਹਾਂਜੀ, ਬਸ ਉਹਨਾਂ ਅੱਗੇ ਅਰਦਾਸ ਕਰਨ ਦੀ ਲੋੜ ਹੈ ਜੀ, ਅਤੇ ਉਹ ਅਰਦਾਸਾਂ ਪੂਰੀਆਂ ਕਰਦੇ ਆ ਜੀ। ਵਾਹ ਜੀ, ਅਤੇ ਬਹੁਤ ਹੋਈਆਂ ਵੀ ਹੋਣੀਆਂ ਜੀ? ਨਹੀਂ ਨਹੀਂ, ਇਸੇ ਕਰਕੇ ਤਾਂ ਇਹ ਦਰਬਾਰ ਤਾਂ ਉਹ ਆ ਜੀ ਜਿੱਥੇ ਹੱਥ 'ਤੇ ਸਰੋਂ ਦਬਾਉਣ ਵਾਲੀ ਗੱਲ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ, ਆਓ ਜੀ ਅੱਗੇ ਚੱਲਦੇ ਹਾਂ ਜੀ, ਅਤੇ ਨਾਲ ਦੀ ਨਾਲ ਤੁਹਾਨੂੰ ਅੰਦਰ ਜਿਹੜਾ ਕੋਠੀ ਦੇ ਅੰਦਰ ਦਰਸ਼ਨ ਕਰਵਾ ਦਿੰਦੇ ਹਾਂ ਜੀ। ਲਓ ਜੀ ਰਿੰਕੂ ਜੀ, ਪਹਿਲਾਂ ਤਾਂ ਦਰਸ਼ਕਾਂ ਨੂੰ ਦਰਸ਼ਨ ਕਰਵਾ ਦਿਓ, ਅਤੇ ਅੰਦਰ ਆ ਕੇ ਤਾਂ ਵੱਖਰਾ ਹੀ ਸਕੂਨ ਆ ਜੀ। ਹੈ ਜੀ, ਅੰਦਰ ਵੜਦੇ ਸਾਰ ਹੀ ਇਹ ਦੇਖ ਸਕਦੇ ਜੀ ਸਰੂਪ ਬਾਪੂ ਜੀ ਦਾ ਪਿਆ ਜੀ, ਅਤੇ ਉੱਪਰ ਤੱਕ ਰਿੰਕੂ ਜੀ ਦਿਖਾ ਦਿਓ, ਅਤੇ ਬੜਾ ਹੀ ਵੈਸੇ ਤਾਂ ਦੁਨੀਆਂ ਦੇ ਹਰ ਕੋਨੇ ਤੋਂ ਇੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਜੀ ਬਾਪੂ ਜੀ ਦੇ ਦਰਬਾਰ 'ਤੇ। ਔਰ ਇਹ ਉਹੀ ਕੋਠੀ ਆ ਜਿਹਨੂੰ ਜਿੱਥੇ ਬਾਪੂ ਜੀ ਨੇ ਸਭ ਤੋਂ ਵੱਧ ਸਮਾਂ ਜਿਹੜਾ ਬਤੀਤ ਕੀਤਾ, ਅਤੇ ਇਹ ਮੁਹੱਲਾ ਰਿਸ਼ੀ ਨਗਰ ਸੱਚਖੰਡ ਕੋਠੀ। ਆਓ ਜੀ ਇੱਦੇ ਚੱਲਦੇ ਜੀ ਆਪਾਂ ਬਾਹਰ, ਬਾਪੂ ਜੀ ਦੇ ਪਹਿਲਾਂ ਜਿਹੜੀ ਸਵਾਰੀ ਦਿਖਾ ਦਈਏ, ਬਾਪੂ ਜੀ ਨੇ ਜਿੱਥੇ ਸਵਾਰੀ ਕੀਤੀ ਆ ਸਾਰੀ ਉਮਰ, ਅਤੇ ਬਾਪੂ ਜੀ ਦੀਆਂ ਗੱਡੀਆਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਕਿਆ ਵਾ, ਦੇਖ ਸਕਦੇ ਹਾਂ ਜੀ ਇਸ ਜੀਪ ਦੇ ਵਿੱਚ ਵੀ ਬਹੁਤ ਸਵਾਰੀ ਕੀਤੀ। ਹਾਂਜੀ ਰਿੰਕੂ ਜੀ, ਪਹਿਲਾਂ ਇੱਧਰ ਦਿਖਾ ਦਿਓ ਜੀ, ਇਹ ਸਭ ਤੋਂ ਪਹਿਲੀ ਸਵਾਰੀ ਬਾਪੂ ਜੀ ਦੀ ਰਿਕਸ਼ੇ ਦੀ ਸਵਾਰੀ ਹੁੰਦੀ ਸੀ ਇਹ ਫਕਰਾਂ ਦੀ। ਇਹ ਜਿਹੜੀ ਉਹ ਗੱਡੀ ਹੈ ਜੀ ਜਿੱਥੇ ਬਾਪੂ ਜੀ ਨੇ ਸਵਾਰੀ ਕੀਤੀ ਹੈ ਜੀ। ਹਾਂਜੀ ਇਹ ਤੁਸੀਂ ਦੇਖ ਸਕਦੇ ਜੀ ਉਹੀ ਗੱਡੀ ਹੈ, ਅਤੇ ਡਿਪਾ ਜੀ ਇਹਦੇ 'ਤੇ ਇਸ ਗੱਡੀ 'ਤੇ ਸਵਾਰੀ ਕਰਦੇ ਰਹੇ ਜੀ? ਹਾਂਜੀ ਹਾਂਜੀ, ਜਿਪਸੀ 'ਤੇ ਬਾਬਾ ਜੀ ਨੇ ਸਵਾਰੀ। ਤੁਸੀਂ ਤਾਂ ਇਸ ਮਹੱਲੇ 'ਤੇ ਆ, ਤੁਸੀਂ ਤਾਂ ਬਾਪੂ ਜੀ ਨੂੰ ਨਾਲ ਸੰਗਤ ਵੀ ਕੀਤੀ ਹੋਣੀ ਹੈ ਜੀ? ਹਾਂਜੀ ਕੀਤੀ ਜੀ, ਬਾਬਾ ਜੀ ਦੀ ਮਿਹਰ ਨਾਲ ਹੋਈ ਆ ਸੰਗਤ ਬਾਬਾ ਜੀ। ਕਿਆ, ਅਤੇ ਕਿੱਦਾਂ ਦਾ ਜੀ ਉਸ ਟਾਈਮ ਬਾਪੂ ਜੀ ਦਾ ਸੁਭਾਅ ਹੁੰਦਾ ਸੀਗਾ, ਮਤਲਬ ਕਿੱਦਾਂ ਦੀਆਂ ਉਹਨਾਂ ਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੱਦਾਂ ਦੀ ਰੂਟੀਨ ਹੁੰਦੀ ਸੀਗੀ? ਬਾਬਾ ਜੀ ਦਾ ਸੁਭਾਅ ਜਿਹੜਾ ਬਹੁਤ ਸ਼ਾਂਤ ਸੁਭਾਅ ਸੀਗਾ, ਬਹੁਤ ਜ਼ਿਆਦਾ ਸ਼ਾਂਤ ਸੁਭਾਅ ਸੀਗਾ। ਅੱਛਾ, ਬਾਬਾ ਜੀ ਜੇ ਗੱਲ ਕਰਦੇ ਸੀ ਤਾਂ ਉਹ ਆਮ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ। ਅੱਛਾ, ਵਿੱਚੋਂ ਚੁਣਿੰਦਾ ਬੰਦੇ ਸੀ ਜਿੱਦਾਂ ਲਵਲੀ ਸਾਈਂ ਜੀ, ਉਹਨਾਂ ਨੂੰ ਹੀ ਪਤਾ ਲੱਗਦਾ ਸੀਗਾ ਵੀ ਬਾਬਾ ਜੀ ਕੀ ਕਹਿੰਦੇ ਆ, ਕਿਉਂਕਿ ਇੱਕ ਗੱਲ ਨੂੰ ਕਈ ਵਾਰੀ ਬਾਬਾ ਜੀ ਰਿਪੀਟ ਕਰ ਜਾਂਦੇ ਸੀਗੇ, ਸਮਝ ਨਹੀਂ ਸੀ ਲੱਗਦੀ। ਤੋਤਲੀ ਆਵਾਜ਼ ਜਿੱਦਾਂ ਕਿਤੇ ਬੱਚੇ ਦੀ ਆਵਾਜ਼ ਤੋਤਲੀ ਹੁੰਦੀ, ਇੱਦਾਂ ਬਾਬਾ ਜੀ ਬੋਲਦੇ। ਕਿੱਦਾਂ ਦੀ ਰੂਟੀਨ ਕੀ ਹੁੰਦੀ ਸੀਗੀ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿੱਦਾਂ ਮਹਿਫਲਾਂ ਦੇ ਵਿੱਚ ਜਾਂਦੇ ਸੀ ਜਾਂ ਕੀ ਰੂਟੀਨ ਸੀਗੀ ਜੀ ਉਹਨਾਂ ਦੀ? ਬਾਬਾ ਜੀ ਦੀ ਰੂਟੀਨ ਤਾਂ ਬਾਬਾ ਜੀ ਨੇ ਜ਼ਿਆਦਾ ਸ਼ਿਰਕਤ ਕੀਤੀ ਆ, ਬਾਬਾ ਜੀ ਜ਼ਿਆਦਾ ਸੰਗਤ ਦੇ ਵਿੱਚ ਘੁੰਮੇ ਬਹੁਤ। ਜਦੋਂ ਕਰਫਿਊ ਦਾ ਟਾਈਮ ਸੀਗਾ ਉਦੋਂ ਵੀ ਬਾਬਾ ਜੀ ਦੀ ਜਿਹੜੀ ਇੰਵੈਸਟਰ ਆ ਉਹ ਕਰਫਿਊ ਦੇ ਵਿੱਚ ਵੀ ਬਾਬਾ ਜੀ ਦੀ ਇੰਵੈਸਟਰ ਘੁੰਮਦੀ ਹੁੰਦੀ ਸੀ, ਲੁਧਿਆਣੇ ਜਲੰਧਰ ਜਿੱਥੇ ਵੀ ਬਾਬਾ ਜੀ ਦਾ ਦਿਲ ਕਰਦਾ ਸੀ ਉੱਥੇ ਬਾਬਾ ਜੀ। ਅਤੇ ਪੁਲਿਸ ਵਾਲਿਆਂ ਵੱਲੋਂ ਨਹੀਂ ਰੋਕੀ ਜਾਂਦੀ? ਨਹੀਂ, ਉਹ ਬਾਬਾ ਜੀ ਦਾ ਸਤਿਕਾਰ ਹੀ ਕਰਦੇ ਸੀਗੇ, ਮੱਥਾ ਹੀ ਟੇਕਦੇ ਸੀਗੇ।
ਕਿਹੜੀ ਗੱਡੀ ਦੀ ਗੱਲ ਹੈ ਜੀ ਉਹ ਜਿੱਥੇ ਜਦੋਂ ਬਾਪੂ ਜੀ ਨੇ ਕਿਹਾ ਸੀ ਵੀ ਚੱਲਣ ਦਿਓ ਤੇਲ ਪਵਾਉਣ ਨੂੰ ਰਹਿਣ ਦਿਓ ਹੈ ਨਾ ਜੀ? ਹਾਂਜੀ, ਅੰਬੈਸਟਰ ਦੀ ਗੱਲ ਹੈ ਜੀ, ਅੰਬੈਸਟਰ ਦੀ ਗੱਲ। ਹਾਂਜੀ ਹਾਂਜੀ, ਅਤੇ ਉਹ ਕੀ ਵਾਕਿਆ ਸੀਗਾ ਜੀ ਉਸ ਟਾਈਮ, ਕੀ ਹੋਇਆ ਸੀਗਾ ਵੀ ਬਾਪੂ ਜੀ ਨੇ ਕਿਹਾ ਸੀ? ਉਸ ਵੇਲੇ ਪਵਨ ਜੀ ਨਾਲ ਸੀਗੇ ਜੀ। ਅੱਛਾ ਜੀ, ਪਵਨ ਜੀ, ਪਵਨ ਜੀ ਪਤਾ ਕੀ ਗੱਲ ਹੋਈ ਸੀਗੀ ਉਸ ਟਾਈਮ, ਤੁਸੀਂ ਨਾਲ ਸੀਗੇ ਜੀ? ਹਾਂਜੀ ਹਾਂਜੀ। ਅੱਛਾ ਜੀ, ਉਹ ਜਲੰਧਰ ਤੋਂ ਵਾਪਸ ਆ ਰਹੇ ਸੀਗੇ, ਮਤਲਬ ਕਿ ਇੱਧਰ ਨੂੰ ਨਕੋਦਰ ਨੂੰ। ਅੱਛਾ ਜੀ। ਅਤੇ ਸਾਈਕਲ ਚਲਾਉਂਦੇ ਪਏ ਸੀਗੇ, ਸਾਈਂ ਕਹਿੰਦੇ ਵੀ ਪਾਉਣਿਆ ਵੀ ਬਾਪੂ ਨੂੰ ਕਹਿ ਵੀ ਤੇਲ ਦੀ ਸੂਈ ਡਾਊਨ ਹੋ ਗਈ ਹੈ ਨਾ, ਅਤੇ ਵੀ ਆਪਾਂ ਤੇਲ ਪਵਾ ਲਈਏ। ਬਾਬੇ ਕਹਿੰਦੇ ਨਹੀਂ ਰੋਕਣੀ, ਚੱਲੀ ਜਾਣ ਦੇ। ਅੱਛਾ, ਇਹ ਫਿਰ ਚੱਲਦੀ ਵੀ ਰਹੀ ਸੀ ਜੀ 5-7 ਮਹੀਨੇ। ਅੱਛਾ ਜੀ, ਇਹ ਤਾਂ ਕੋਈ ਇੱਥੇ ਦਾ ਬੰਦਾ ਹੀ ਕਮਲਾ ਸੀ ਜਿਹਨੇ ਢੱਕਣ ਖੋਲਦਾ ਤੇਲ ਵਾਲਾ, ਉਹ ਕਹਿੰਦਾ ਦੇਖਾਂ ਮੈਂ ਇਹਦੇ 'ਚ ਕੀ ਹੈ। ਉਦੋਂ ਬਾਅਦ ਫਿਰ ਚੱਲੀ ਵੀ ਨਹੀਂ ਆ ਭਾਜੀ, ਖੜੀ ਹੈ। ਉਸ ਤੋਂ ਬਾਅਦ ਸਟਾਰਟ ਵੀ ਨਹੀਂ ਹੋਈ? ਨਹੀਂ ਹੋਈ। ਤੇਲ ਪਾ ਕੇ ਵੀ ਨਹੀਂ ਹੋਈ? ਨਹੀਂ ਹੋਈ, ਇੱਦਾਂ ਹੀ ਖੜੀ। ਅੱਛਾ ਜੀ, ਮਤਲਬ ਜੇ ਇਹਨੂੰ ਉਹ ਖੋਲ੍ਹ ਕੇ ਨਾ ਦੇਖਦੇ ਪਤਾ ਨਹੀਂ ਕੀ ਸੀ। ਹਾਂ, ਇਹ ਮਤਲਬ ਉਹ ਪੰਗਾ ਲਿਆ ਗਿਆ ਤੇ ਫਿਰ ਉਸ ਤੋਂ ਬਾਅਦ ਹੀ ਬੰਦ ਹੋ ਗਿਆ? ਜਦੋਂ ਕੁਦਰਤ ਨੂੰ ਛੇੜੋ ਤਾਂ ਫਿਰ ਕੁਛ ਤਾਂ ਫਰਕ ਪੈਂਦਾ। ਅੱਛਾ ਜੀ, ਡਿੰਪਲ ਜੀ, ਮਤਲਬ ਪਹਿਲਾਂ ਤਾਂ ਸ਼ਹਿਰ ਦੇ ਜਾਂ ਮੁਹੱਲੇ ਵਾਲੇ ਹੀ ਪਤਾ ਸੀਗਾ ਵੀ ਇਹ ਕੀ ਚੀਜ਼ ਹੈ ਬਾਪੂ ਜੀ, ਹੈ ਨਾ ਜੀ? ਅਤੇ ਇਹ ਸਾਰੀ ਦੁਨੀਆ ਨੂੰ ਮਤਲਬ ਕਿੱਦਾਂ ਪਤਾ ਲੱਗਾ ਜੀ ਇਹ, ਮਤਲਬ ਕਿੱਦਾਂ ਕਿਸ ਟਾਈਮ ਤੋਂ ਜਿਹੜੀ ਦੁਨੀਆ ਇੱਥੇ ਆਉਣ ਲੱਗ ਪਈ, ਕਿਉਂਕਿ ਦੁਨੀਆ ਦੇ ਹਰ ਕੋਨੇ 'ਚੋਂ ਇੱਥੇ ਲੋਕ ਆਉਂਦੇ ਜੀ ਹੁਣ, ਹੈ ਨਾ? ਅਤੇ ਪਹਿਲਾਂ ਤਾਂ ਨਹੀਂ ਇੰਨਾ ਹੋਣਾ, ਪਹਿਲਾਂ ਤਾਂ ਸ਼ਹਿਰ ਦੇ ਲੋਕ ਹੀ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਾ ਹੋਣਾ ਜਾਂ ਮੁਹੱਲੇ ਵਾਲਿਆਂ ਨੂੰ ਪਤਾ ਲੱਗਾ ਹੋਣਾ ਪਹਿਲਾਂ? ਹਾਂਜੀ ਜੀ, ਇੱਦਾਂ ਹੀ ਆ ਜੀ, ਜਿੱਦਾਂ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਮੁਹੱਲੇ ਵਾਲਿਆਂ ਨੂੰ ਹੌਲੀ ਹੌਲੀ ਸ਼ਹਿਰ 'ਚ, ਅਤੇ ਲਵਲੀ ਸਾਈਂ ਹੁਣੀ ਜਦੋਂ ਆਏ ਆ ਉਦੋਂ ਉਹਨਾਂ ਨੇ ਪੂਰੇ ਵਰਲਡ 'ਚ ਪਤਾ ਲੱਗ ਗਿਆ ਵੀ ਲਾਲ ਪਾਤਸ਼ਾਹ ਜੀ ਜਿਹੜੇ ਹੈਗੇ ਆ ਨਕੋਦਰ ਤੋਂ ਬਾਬਾ ਜੀ ਦਾ, ਉਹਨਾਂ ਨੇ ਬਹੁਤ ਘੁਮਾਇਆ ਲਵਲੀ ਸਾਈਂ ਜੀ। ਪਹਿਲਾਂ ਤਾਂ ਕੋਠੀ ਦੱਸ ਦਿਓ ਜੀ, ਇਹ ਕੋਠੀ ਕਿਉਂ ਕਹਿੰਦੇ ਆ ਜੀ ਇਸ ਦਰਬਾਰ ਨੂੰ, ਕੋਠੀ ਦਰਬਾਰ? ਬਾਪੂ ਜੀ ਇਹਨੂੰ ਕੋਠੀ ਕਹਿੰਦੇ ਹੁੰਦੇ ਸੀਗੇ ਜੀ, ਵੀ ਇਹ ਮੇਰੀ ਕੋਠੀ ਆ। ਅੱਛਾ, ਉਹਨਾਂ ਦੇ ਕਹੇ ਹੋਏ ਹੀ ਅੱਜ ਵੀ ਨਾਮ ਕੋਠੀ ਚੱਲ ਆ, ਬਾਪੂ ਸੱਚਖੰਡ ਕੋਠੀ, ਮੁਹੱਲਾ ਰਿਸ਼ੀ ਨਗਰ ਦੇ ਵਿੱਚ ਇਹ ਸਥਾਨ ਆ, ਪਹਿਲਾ ਦਰਬਾਰ ਆ ਇਹ। ਪਹਿਲਾਂ ਇੱਥੇ ਮੇਲਾ ਲੱਗਦਾ ਹੁੰਦਾ ਸੀਗਾ ਜੀ, ਸ਼ੁਰੂ ਤੋਂ ਇੱਥੋਂ ਹੀ ਮੇਲੇ ਪਹਿਲਾਂ ਲੱਗਦੇ ਗਏ ਆ ਜੀ, ਫਿਰ ਜਗ੍ਹਾ ਘੱਟ ਸੀ ਅਤੇ ਮੇਲਾ ਵਧਣ ਲੱਗ ਪਿਆ, ਫਿਰ 1996 ਦੇ ਵਿੱਚ ਉੱਧਰ ਜਿਹੜਾ ਆ ਬਾਹਰਲੇ ਦਰਬਾਰ ਜਿੱਥੇ ਬਾਬਾ ਜੀ ਦਾ ਬਣਿਆ ਉੱਥੇ ਫਿਰ ਮੇਲਾ ਸ਼ੁਰੂ ਹੋਣਾ। ਬਹੁਤੇ ਲੋਕਾਂ ਨੂੰ ਜਿੱਦਾਂ ਪਤਾ ਨਹੀਂ ਹੈਗਾ, ਜਿੱਦਾਂ ਅਸੀਂ ਵੀ ਪੂਰੇ ਪੰਜਾਬ ਦੇ ਵਿੱਚ ਜਾ ਕੇ ਲਾਈਵ ਕਰਦੇ ਹਾਂ ਨਾ ਜੀ, ਬਾਪੂ ਜੀ ਦੇ ਦੋ ਦਰਬਾਰ ਆ ਹੁਣ ਇੱਥੇ ਆਪਣੇ ਨਕੋਦਰ 'ਚ, ਅਤੇ ਇਹ ਮੁਹੱਲੇ ਦੇ ਵਿੱਚ ਆ ਅਤੇ ਉਹ ਬਾਹਰ ਆ, ਉਹ ਲੋਕ ਉੱਥੋਂ ਮੱਥਾ ਟੇਕ ਕੇ ਮੁੜ ਜਾਂਦੇ ਆ, ਹੈ ਨਾ ਜੀ? ਅਤੇ ਉਹ ਦਰਬਾਰ ਅਤੇ ਇਸ ਦਰਬਾਰ ਦੇ ਵਿੱਚ ਕੀ ਫਰਕ ਹੈ ਜੀ? ਦੇਖੋ, ਫਰਕ ਕੋਈ ਨਹੀਂ ਹੈਗਾ ਜੀ, ਦਰਬਾਰ ਦੋਨੇ ਇੱਕੋ ਹੀ ਆ, ਠੀਕ ਆ ਕਿ ਨਹੀਂ? ਇਹ ਬਾਪੂ ਜੀ ਦੀ ਕੋਠੀ ਆ, ਉੱਥੇ ਬਾਬਾ ਜੀ ਦੀ ਜਿਹੜੀ ਆ ਮਜ਼ਾਰ ਜਿਹੜੀ ਆ, ਬਾਬਾ ਜੀ ਦਾ ਜਦੋਂ ਕਫਨ ਦਫਨ ਹੋਇਆ ਉਹ ਬਾਹਰਲੇ ਦਰਬਾਰ ਹੋਇਆ, ਉਹ ਉੱਥੇ ਹੋਇਆ? ਹਾਂਜੀ ਹਾਂਜੀ ਹਾਂਜੀ, ਬਸ ਇਹ ਕਹੂੰਗਾ ਵੀ ਇਹ ਪਹਿਲਾ ਦਰਬਾਰ ਆ, ਉਸ ਤੋਂ ਬਾਅਦ ਦਰਬਾਰ ਉੱਧਰ ਬਣਿਆ। ਡਿੰਪਲ ਜੀ, ਇਹ ਕੋਠੀ ਬਣਾਉਣ ਨੂੰ ਟਾਈਮ ਤਾਂ 3 ਸਾਲ ਲੱਗ ਗਏ, ਹੈ ਨਾ ਜੀ? ਅਤੇ ਬਣਾਉਣ ਨੂੰ ਮਟੀਰੀਅਲ ਵੀ ਬਹੁਤ ਲੱਗਾ ਹੋਣਾ ਜੀ, ਹੈ ਨਾ? ਅਤੇ ਕਿਉਂਕਿ ਇੱਕ ਛੋਟਾ ਜਿਹਾ ਘਰ ਬਣਾਉਣਾ ਹੁੰਦਾ ਅਤੇ ਲੱਖਾਂ ਰੁਪਈਆ ਲੱਗ ਜਾਂਦਾ, ਹੈ ਨਾ ਜੀ? ਅਤੇ ਸੰਗਤਾਂ ਕਈ ਦੂਰ ਹੁੰਦੀਆਂ ਜੀ, ਉਹ ਆ ਕੇ ਹੋ ਸਕਦਾ ਨਹੀਂ ਪਹੁੰਚ ਸਕਦੇ, ਹੈ ਨਾ? ਉਹ ਤੁਹਾਡੇ ਤੱਕ ਸੰਪਰਕ ਕਿੱਦਾਂ ਕਰ ਸਕਦੇ ਆ ਜੀ, ਉਹ ਵੀ ਦੱਸ ਦਿਓ ਵੀ ਇਹ ਦਰਬਾਰ ਦੇ ਨਾਲ ਕਿੱਦਾਂ ਸੰਪਰਕ ਕਰ ਸਕਦੇ ਆ, ਕੋਈ ਕਿਸੇ ਨੇ ਸੇਵਾ ਕਰਨੀ ਹੁੰਦੀ ਆ ਉਹ ਕਿੱਦਾਂ ਸੰਪਰਕ ਕਰ ਸਕਦੇ ਆ ਜੀ, ਅਤੇ ਉਹ ਦਰਸ਼ਕਾਂ ਨੂੰ ਇੱਕ ਵਾਰ ਜ਼ਰੂਰ ਦੱਸ ਬੱਲੂ ਜੀ। ਸੰਗਤ ਹੁਣ ਵੀ ਕਈ ਲੋਕ ਜਿਹੜੇ ਆ ਬਾਪੂ ਜੀ ਨੂੰ ਪਿਆਰ ਕਰਦੇ ਆ, ਉਹ ਸੰਪਰਕ ਕਰਦੇ ਆ ਜੀ। ਸਾਡੇ ਦਰਬਾਰ ਦਾ ਇੱਕ ਕੰਟੈਕਟ ਨੰਬਰ ਹੈ ਜੀ,
88470 52250 ਜੀ। ਇਹ ਨੰਬਰ ਸਾਡੇ ਦਰਬਾਰ ਦਾ ਹੀ ਹੈ ਜੀ, ਇਹ ਡਿੰਪਲ ਭਾਅ ਜੀ ਹੁਣਾਂ ਦੇ ਕੋਲ ਚੱਲਦਾ ਜੀ। ਪਰ ਗੱਲ ਸਾਰੇ ਅਸੀਂ ਕਰਦੇ ਹਾਂ, ਕਦੀ ਕਿਸੇ ਨੂੰ ਫੜਾ ਦਿੰਦੇ ਆ, ਕਿਉਂਕਿ ਇੱਥੇ ਕੋਈ ਮਤਭੇਦ ਨਹੀਂ ਹੈਗਾ। ਇੱਥੇ ਸਾਰੀਆਂ ਰੂਹਾਂ ਬਾਬਾ ਜੀ ਨੂੰ ਪਿਆਰ ਕਰਨ ਵਾਲੀਆਂ, ਆਪਸ ਵਿੱਚ ਭਾਈਚਾਰਾ ਪਿਆਰ ਬਣਾ ਕੇ ਸਾਰਿਆਂ ਨੇ ਰੱਖਿਆ ਹੋਇਆ ਜੀ। ਕੋਈ ਇਹ ਨਹੀਂ ਕਹਿੰਦਾ ਵੀ ਇਹ ਮੇਰੇ ਕੋਲ ਨੰਬਰ ਚੱਲਦਾ ਜਾਂ ਡਿੰਪਲ ਭਾਈ ਦਾ ਨੰਬਰ ਹੈ ਅਤੇ ਵੀ ਮੈਂ ਨਹੀਂ ਚੱਕ ਸਕਦਾ। ਜਦੋਂ ਵੀ ਕੋਈ ਬਾਹਰੋਂ ਕਾਲ ਕਰਦਾ ਆ ਅਤੇ ਉਹ ਆਪ ਵੀ ਗੱਲ ਕਰ ਲੈਂਦੇ ਆ ਅਤੇ ਸਾਨੂੰ ਵੀ ਫੋਨ ਦੇ ਦਿੰਦੇ ਆ ਜੀ। ਅਤੇ ਇਹੀ ਨੰਬਰ ਆ ਜੀ ਸਾਡੇ ਦਰਬਾਰ ਦਾ, ਇੱਕ ਵਾਰੀ ਫਿਰ ਮੈਂ ਦੱਸ ਦੇਣਾ ਚਾਹੁੰਦਾ, 88470 52250 ਇਹ ਸਾਡੇ ਦਰਬਾਰ ਦਾ ਨੰਬਰ ਹੈ ਜੀ। ਇਸੇ ਹੀ ਨੰਬਰ 'ਤੇ ਕੰਟੈਕਟ ਕਰਦੀ ਹੈ ਜੀ ਸੰਗਤ, ਅਤੇ ਗਾਂਹ ਵੀ ਅਦਰਵਾਈਜ਼ ਕੋਈ ਸਹਿਯੋਗ ਕਰਨਾ ਚਾਹੁੰਦਾ ਦਰਬਾਰ ਵਾਸਤੇ, ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੋਈ ਹੈ ਨਾ, ਅਤੇ ਉਹ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਆ ਜੀ। ਬਾਕੀ ਮੇਰੇ ਦਲਵੀਰ ਭਾਅ ਜੀ ਆ, ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਕੋਠੀ ਬਣਾਉਣ ਦੇ ਵਿੱਚ। ਜਦੋਂ ਤੋਂ ਲੇਬਰ ਦਾ ਹੋਰ ਵੀ ਸਮਾਨ ਇਹਨਾਂ ਨੇ ਬਹੁਤ ਯਾਨੀ ਕਿ ਸਹਿਯੋਗ ਕੀਤਾ ਭਾਅ ਜੀ ਹੁਣਾਂ ਨੇ, ਸੰਗਤ ਦਾ ਵੀ ਸਹਿਯੋਗ ਆ ਨਾਲ, ਪਰ ਇਹਨਾਂ ਦਾ ਭਾਅ ਜੀ ਹੁਣਾਂ ਦਾ ਬਹੁਤ ਵੱਡਾ ਹੱਥ ਆ ਇਸ ਕੋਠੀ ਬਣਨ ਦੇ ਵਿੱਚ। ਦਲਵੀਰ ਜਿਹੜੇ ਮਨਾਰ ਬਣ ਰਹੇ ਆ ਜੀ ਹੁਣ ਜੀ, ਉਹਨਾਂ ਵਾਸਤੇ ਕੱਲ੍ਹ ਵੀ ਗਏ ਅੰਮ੍ਰਿਤਸਰ ਤੋਂ ਕਲਸ਼ ਲੈ ਕੇ ਆਏ ਆ ਜੀ 4 ਜੀ। ਇਹ ਦੇਖੋ ਜੀ, ਤੁਹਾਡੇ ਮਨ ਦੀ ਸ਼ਰਧਾ ਆ ਜੀ ਇਹ, ਹੈ ਨਾ ਜੀ। ਅਤੇ ਪਰਿਵਾਰ ਵੱਲੋਂ ਨਹੀਂ ਰੋਕਿਆ ਜਾਂਦਾ ਵੀ ਯਾਰ ਤੂੰ ਜਿਹੜੇ ਪੈਸੇ ਆ ਇੰਨੇ ਲਾਈ ਜਾਂਦਾ ਜੀ ਉੱਥੇ? ਨਹੀਂ, ਪਰਿਵਾਰ ਵੀ ਨਾਲ ਹੀ ਹੈ ਮੇਰਾ ਜੀ। ਅੱਛਾ ਜੀ, ਪਰਿਵਾਰ ਵੀ ਨਾਲ ਹੈ ਜੀ? ਹਾਂਜੀ, ਪਰਿਵਾਰ ਵੀ ਨਾਲ ਹੀ ਹੈ ਇਸ ਚੀਜ਼। ਹਾਂਜੀ, ਬਾਪੂ ਜੀ ਦੇ ਨਾਲ ਜਿਹੜਾ ਜੁੜ ਜਾਂਦਾ ਜੀ ਉਹ ਫਿਰ ਘਰ ਬਾਰ ਭੁੱਲ ਜਾਂਦਾ ਜੀ। ਸੱਚ, ਇਹ ਸੱਚੀਆਂ ਗੱਲਾਂ ਜੀ, ਕਿਉਂਕਿ ਕੁੰਦਨ ਸਾਈਂ ਜੀ ਇੱਕ ਬਹੁਤ ਪਿਆਰੀ ਰੂਹ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਡਿੰਪਲ ਭਾਅ ਜੀ, ਪਵਨ ਜੀ, ਔਰ ਉਹਨਾਂ ਨੂੰ ਛੋਟਾ ਪਵਨ ਜੀ ਕਹਿੰਦੇ ਆ, ਛੋਟੇ ਪਵਨ ਗਿੱਲ ਜੀ, ਅਤੇ ਪ੍ਰਿੰਸ ਭਾਅ ਜੀ, ਅਸੀਂ ਸਾਰੇ ਜਿੱਦਾਂ ਕੋਸ਼ਿਸ਼ ਕਰੀਦੀ ਆ ਵੀ ਹਰ ਇੱਕ ਨੂੰ ਦਰਬਾਰ ਦੇ ਨਾਲ ਜੋੜਿਆ ਜਾਵੇ। ਬਾਪੂ ਜੀ ਨੇ ਕੁੰਦਨ ਸਾਈਂ ਜੀ ਹੁਣਾਂ ਨੂੰ ਸਾਡੇ ਨਾਲ ਜੋੜਿਆ, ਇਹ ਦਰਬਾਰ ਦੇ ਨਾਲ ਜੋੜਿਆ। ਸਭ ਤੋਂ ਪਹਿਲਾਂ ਉਹਨਾਂ ਦਾ ਸਹਿਯੋਗ ਮਿਲਿਆ ਸਾਨੂੰ, 55,000 ਰੁਪਏ ਦੀ ਉਹਨਾਂ ਨੇ ਰਾਸ਼ੀ ਦਿੱਤੀ। ਮੈਂ ਲਾਈਵ ਵਿੱਚ ਵੀ ਦੱਸਿਆ ਸੀਗਾ ਬਾਪੂ ਜੀ ਦੀ ਬਰਸ਼ ਦੇ ਵਿੱਚ, ਉਹਨਾਂ ਨੇ ਸਾਨੂੰ ਸਹਿਯੋਗ ਕੀਤਾ। ਸਹਿਯੋਗ ਕਰਨ ਤੋਂ ਬਾਅਦ ਵੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ, ਇਹ ਜੇ ਤੁਹਾਨੂੰ ਸੀਮਿੰਟ, ਰੇਤਾ, ਬਜਰੀ, ਸਰੀਆ ਕਿਸੇ ਚੀਜ਼ ਦੀ ਲੋੜ ਆ ਤਾਂ ਅਸੀਂ ਤੁਹਾਨੂੰ ਸਹਿਯੋਗ ਕਰਦੇ ਰਹਾਂਗੇ, ਅਤੇ ਕਰਦੇ ਵੀ ਆ ਅਤੇ ਕਰੀ ਵੀ ਜਾ ਰਹੇ ਆ, ਅਤੇ ਕਹਿੰਦੇ ਕਰਦੇ ਹੀ ਰਹਾਂਗੇ। ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਕੰਮ ਵੱਧਦਾ ਗਿਆ, ਮਹਿੰਗਾਈ ਦੇ ਨਾਲ ਨਾਲ ਹਰ ਇੱਕ ਸਮਾਨ ਮਹਿੰਗਾ ਹੁੰਦਾ ਗਿਆ, ਤਾਂ ਮੈਂ ਉੱਦਣ ਵੀ ਗੱਲ ਕੀਤੀ ਸੀ ਕਿ ਉਹ ਜਦੋਂ ਅਸੀਂ ਬਾਪੂ ਜੀ ਅੱਗੇ ਅਰਦਾਸ ਕੀਤੀ ਕਿ ਸਾਨੂੰ ਇੱਕ ਮਹਿੰਗਾ ਜਿਹਾ ਬੰਦਾ ਦੇ ਦਿਓ ਜੀ, ਕਿਉਂਕਿ ਸਮਾਨ ਬਹੁਤ ਮਹਿੰਗਾ ਸੀਗਾ। ਅਤੇ ਫਿਰ ਉਹਨਾਂ ਨੇ ਸਰਦਾਰ ਦਲਵੀਰ ਸਿੰਘ ਜੀ, ਤੁਹਾਨੂੰ ਪਤਾ ਕਿ ਬਾਪੂ ਜੀ ਚੁਣਦੇ ਆ, ਨਹੀਂ ਤਾਂ ਲੋਕ ਬਹੁਤ ਆ ਦੁਨੀਆਂ 'ਤੇ, ਕਰੋੜਾਂਪਤੀ ਅਰਬਾਂਪਤੀ ਆ, ਪਰ ਉਹ ਕਿਸੇ ਨੂੰ ਚੁਣਦੇ ਆ। ਜਿਵੇਂ ਉਹਨਾਂ ਨੇ ਡਿੰਪਲ ਭਾਅ ਜੀ ਵੀ ਪਹਿਲਾਂ ਆਉਂਦੇ ਹੁੰਦੇ ਸੀ, ਨਮਸਕਾਰ ਕਰਕੇ ਚੱਲ ਜਾਂਦੇ ਸੀ, ਸ਼ਾਇਦ ਬਾਪੂ ਜੀ ਦੇ ਦਿਲ ਨੂੰ ਇਹ ਅੱਛਾ ਲੱਗਿਆ ਕਿ ਇਸ ਬੰਦੇ ਨੂੰ ਚੁਣਿਆ ਜਾਵੇ। ਉਹਨਾਂ ਨੇ ਡਿੰਪਲ ਜੀ ਨੂੰ ਚੁਣਿਆ, ਉਹਨਾਂ ਨੇ ਪਵਨ ਜੀ ਨੂੰ ਚੁਣਿਆ, ਉਹਨਾਂ ਨੇ ਪ੍ਰਿੰਸ ਜੀ ਨੂੰ ਚੁਣਿਆ, ਉਹਨਾਂ ਨੇ ਮਿਸਤਰੀ ਸਾਹਿਬ ਚੁਣਿਆ, ਅਤੇ ਉਹਨਾਂ ਨੇ ਦਲਵੀਰ ਸਿੰਘ, ਸਰਦਾਰ ਦਲਵੀਰ ਸਿੰਘ ਜੀ, ਔਰ ਉਹਨਾਂ ਦੇ ਲਾਈਫ ਪਾਰਟਨਰ ਨੂੰ ਵੀ ਚੁਣਿਆ, ਕਿਉਂਕਿ ਉਹਨਾਂ ਦੀ ਸੋਚ, ਇਹਨਾਂ ਦੀ ਸੋਚ ਇੱਕ ਆ। ਕਦੀ ਅਸੀਂ ਇਹ ਨਹੀਂ ਦੇਖਿਆ ਤੂੰ ਮੈਂ ਵਾਲੀ ਕੋਈ ਗੱਲ ਨਹੀਂ ਇਹਨਾਂ ਦੇ ਵਿੱਚ, ਇਹਨਾਂ ਦੇ ਅੰਦਰ ਬਾਪੂ ਜੀ ਵਸੇ ਹੋਏ ਆ। ਸੋ ਜਿੱਦਾਂ ਵੀ
ਬਾਪੂ ਜੀ ਹੁਣ ਮਰੇ ਜਦੋਂ ਵੀ ਅਰਦਾਸ ਕਰੀਦੀ ਹੈ ਬਾਪੂ ਜੀ ਕੋਈ ਨਾ ਕੋਈ ਇਨਸਾਨ ਭੇਜ ਦਿੰਦੇ ਆ, ਜਿਵੇਂ ਉਹਨਾਂ ਨੇ ਸਰਦਾਰ ਦਲਵੀਰ ਸਿੰਘ ਜੀ ਔਰ ਉਹਨਾਂ ਦੇ ਲਾਈਫ ਪਾਰਟਨਰ ਨੂੰ ਭੇਜਿਆ ਅਤੇ ਉਹਨਾਂ ਦੋਨਾਂ ਦੀ ਸੋਚ ਨਾ ਇੱਕ ਆ, ਚਮਕਾ ਦਿੰਦੇ ਆ। ਦਲਵੀਰ ਸਿੰਘ ਜੀ, ਇੱਕ ਬੰਦਾ ਪੈਸਿਆਂ ਦੇ ਨਾਲ ਤਾਂ ਸੇਵਾ ਕਰ ਦਿੰਦਾ ਹੈ ਨਾ, ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਤੁਹਾਡਾ ਆਪਣਾ ਬਿਜ਼ਨਸ ਵੀ ਹੋਣਾ, ਘਰ ਦੇ ਪਰਿਵਾਰਕ ਵੀ ਬਹੁਤ ਕੰਮ ਹੁੰਦੇ ਹੈ ਨਾ ਜੀ, ਮਤਲਬ ਤੁਸੀਂ ਹਰੇਕ ਵੀਰਵਾਰ ਜਿਹੜਾ ਉਹ ਟਾਈਮ ਕਿੱਦਾਂ ਨਿਕਲ ਜਾਂਦਾ ਜੀ? ਵੀਰਵਾਰ ਤਾਂ ਮੈਨੂੰ ਕੰਮ ਹੀ ਨਹੀਂ ਕੋਈ ਪੈਂਦਾ ਜੀ। ਅੱਛਾ ਜੀ, ਕਿਆ ਬਾਤ ਹੈ ਜੀ। ਕਹਿੰਦੇ ਫੈਕਟਰੀ ਤੁਹਾਡੀ ਮੈਂ ਦੇਖਦਾ ਜੀ, ਜਦੋਂ ਆਪਣੀ ਡਿਊਟੀ 'ਤੇ ਜਾ। ਕਿਆ ਹਾਂ, ਵੀਰਵਾਰ ਕੋਈ ਕੰਮ ਨਹੀਂ ਹੋਣਾ ਜੀ, ਬਿਲਕੁਲ ਫ੍ਰੀ ਹਾਂ ਜੀ, ਨਾ ਕਿਸੇ ਦਾ ਫੋਨ ਆਉਣਾ ਜੀ। ਕਿਆ ਬਾਤ ਹੈ, ਫੋਨ ਵੀ ਨਹੀਂ ਕਿਸੇ ਦਾ ਹੁੰਦਾ ਜੀ। ਅੱਛਾ ਜੀ, ਹਾਂਜੀ ਹਾਂਜੀ ਬਿਲਕੁਲ ਜੀ, ਪਰਿਵਾਰ ਦੇ ਨਾਲ ਹੀ ਹੋਣੇ ਜੀ। ਪਰਿਵਾਰ ਦੇ ਨਾਲ ਜੀ। ਕਿੰਨਾ ਸਮਾਂ, ਕਿੰਨੇ ਸਮੇਂ ਤੋਂ ਜੁੜੇ ਹੋਏ ਜੀ ਬਾਪੂ ਜੀ? ਮੈਂ ਪਹਿਲਾਂ ਲਾਡੀ ਸਾਈਂ ਕੋਲ ਜਾਂਦਾ ਰਿਹਾ ਸੀ, ਮਰਾਸਾ ਜੀ ਵਡੇਰੇ 'ਤੇ, 4 ਸਾਲ ਮੈਂ ਉਹਨਾਂ ਕੋਲ ਜਾਂਦਾ ਰਿਹਾ, ਮੱਥਾ ਟੇਕਦਾ ਰਿਹਾ, ਨਮਸਕਾਰ ਕਰਦਾ ਰਿਹਾ ਜੀ। ਉਸ ਤੋਂ ਬਾਅਦ ਮੈਨੂੰ ਬਾਪੂ ਲਾਲ ਬਾਦਸ਼ਾਹ ਨਹੀਂ ਪਤਾ ਨਹੀਂ ਸੀ, ਅਤੇ ਸਾਨੂੰ ਘਰ ਦਰਸ਼ਨ ਦੇਣੇ ਸ਼ੁਰੂ ਹੋਏ ਜੀ। ਫਿਰ ਅਸੀਂ ਕਿਸੇ ਨੂੰ ਪੁੱਛਿਆ ਕਿ ਇੱਦਾਂ ਇੱਦਾਂ ਕਰਕੇ ਬਾਬਾ ਜੀ ਆ ਕਿਹੜੇ ਹੈਗੇ ਜੀ, ਉਹਨਾਂ ਨੇ ਦੱਸਿਆ ਕਿ ਨਖੋਦਰ ਹੀ ਆ ਜੀ, ਬਾਪੂ ਲਾਲ ਬਾਦਸ਼ਾਹ ਜੀ। ਫਿਰ ਵੱਡੇ ਦਰਬਾਰ ਆਉਣਾ ਸ਼ੁਰੂ ਹੋ ਗਏ, ਉਸ ਤੋਂ ਬਾਅਦ ਕੋਠੀ ਆਉਣਾ ਸ਼ੁਰੂ ਹੋ ਗਿਆ ਜੀ। ਤਕਰੀਬਨ 8 ਸਾਲ ਹੋ ਗਿਆ ਜੀ ਨਕੋਦਰ ਜੁੜਿਆ ਜੁੜਿਆ ਜੀ। ਅਤੇ ਇਹ ਕਲਸ਼ ਜਿਹੜਾ ਲੈ ਕੇ ਆਏ ਆ, ਹਾਂਜੀ, ਇਹ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਆਏ ਜੀ? ਹਾਂਜੀ, ਅੰਮ੍ਰਿਤਸਰ ਜੀ। ਪਹਿਲਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜੀ। ਅੱਛਾ ਜੀ, ਉੱਥੇ ਦਰਸ਼ਨ ਕੀਤੇ ਜੀ। ਅਤੇ ਫਿਰ ਬੈਕ ਸਾਈਡ ਗਲੀ ਹੈਗੀ ਹੈ ਮਾਰਕੀਟ ਜੀ, ਉੱਥੋਂ ਦਰਬਾਰ ਸਾਹਿਬ ਤੋਂ ਲੈ ਕੇ। ਅਤੇ ਪ੍ਰਵੇਸ਼ ਜੀ, ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਬਾਪੂ ਜੀ ਨੇ ਸੇਵਾਦਾਰ ਚੁਣੇ ਹੋਏ ਆ, ਇੱਕ ਸੇਵਾਦਾਰ ਉਹਨਾਂ ਦੇ ਵਿੱਚ ਬਹੁਤ ਖਾਸ ਅਹਿਮੀਅਤ ਰੱਖਦਾ, ਉਹ ਬਾਪੂ ਜੀ ਦੇ ਬਹੁਤ ਲਾਡਲੇ ਆ, ਕਿਉਂਕਿ ਬਾਪੂ ਜੀ ਨੇ ਉਹਨਾਂ ਕੋਲੋਂ ਬਹੁਤ ਗਾਣਾ ਸੁਣਿਆ ਇਸ ਦਰਬਾਰ ਦੇ। ਉਹ ਦਰਬਾਰੀ ਗਾਇਕ ਆ ਜਮਨਾ ਰਸੀਲਾ ਜੀ, ਮੇਲਾ ਹੋਵੇ ਬਰਸੀ ਹੋਵੇ ਸਭ ਤੋਂ ਵੱਧ ਚੜ੍ਹ ਕੇ ਉਹ ਸਹਿਯੋਗ ਕਰਦੇ ਆ, ਲੰਗਰ ਦੇ ਵਿੱਚ ਵੀ ਔਰ ਸੇਵਾ ਦੇ ਵਿੱਚ ਵੀ ਹਰ ਪਾਸਿਓ। ਅਤੇ ਮੈਂ ਕੁੰਦਨ ਸਾਈ ਜੀ ਦੀ ਗੱਲ ਕੀਤੀ ਸੀ, ਉਹਨਾਂ ਨੂੰ ਵੀ ਬਾਪੂ ਲਾਲ ਬਾਦਸ਼ਾਹ ਸਰਕਾਰ ਨੇ ਚੁਣਿਆ। ਉਹ ਕਿੱਦਾਂ ਚੁਣਿਆ? ਕਿਉਂਕਿ ਬਾਪੂ ਜੀ ਹੁਣਾਂ ਦਾ ਮੈਸੇਜ ਗਿੱਲ ਸਾਹਿਬ ਤੱਕ ਪਹੁੰਚਿਆ, ਡਿੰਪਲ ਗਿੱਲ ਜੀ, ਪਵਨ ਗਿੱਲ ਜੀ, ਫਿਰ ਇੱਥੋਂ ਰਵਾਨਾ ਹੋਏ, ਉਹਨਾਂ ਦੇ ਕੋਲ ਗਏ, ਬਾਪੂ ਜੀ ਨੇ ਭੇਜਿਆ ਤਾਂ ਹੀ ਗਏ। ਬਿਲਕੁਲ। ਅਤੇ ਕੁੰਦਨ ਸਾਈ ਜੀ ਨੂੰ ਵੀ ਚੁਣਿਆ, ਅਤੇ ਆਪਣੇ ਜਮਨਾ ਰਸੀਲਾ ਜੀ ਨੂੰ ਵੀ ਚੁਣਿਆ, ਅਤੇ ਤਮਾਮ ਜਿਹੜੇ ਸੇਵਾਦਾਰ ਜਿਹੜੇ ਇਕਜੁੱਟ ਹੋ ਕੇ ਇੱਥੇ ਸੇਵਾ ਕਰਦੇ ਆ ਜੀ, ਉਹ ਸਾਰੇ ਬਾਪੂ ਜੀ ਦੇ ਚੁਣੇ ਹੋਏ। ਬਿਲਕੁਲ ਜੀ। ਅੱਛਾ, ਇਹ ਵੀਰ ਹੁਣੇ ਆਏ ਆ ਜੀ, ਤੁਸੀਂ ਕਿੱਥੋਂ ਆਏ ਜੀ? ਮੈਂ ਜਲੰਧਰ ਤੋਂ ਜੀ, ਜੀ, ਔਰ ਮੇਰੇ ਨਾਨਕੇ ਜਿਹੜੇ ਨੇ ਇੱਥੇ ਨਕੋਦਰ 'ਚ ਸੂਫੀ ਮਹੱਲੇ ਜੀ, ਔਰ ਬਚਪਨ ਦੇ ਵਿੱਚ ਬਹੁਤ ਹੀ ਮਤਲਬ ਕਿ ਇਸ ਜਗ੍ਹਾ 'ਚ ਆਉਂਦੇ ਰਹੀ, ਹੁਣ ਜਲੰਧਰ ਚਲ ਗਏ ਹਾਂ, ਔਰ ਬੜਾ ਸਕੂਨ ਮਿਲਦਾ ਜਦੋਂ ਵੀ ਇੱਥੇ ਬਾਪੂ ਜਗ੍ਹਾ 'ਚ ਆਉਂਦੇ ਹਾਂ, ਔਰ ਅਸੀਂ ਨਹੀਂ ਆਉਂਦੇ ਬਾਪੂ ਜੀ ਆਪ ਬੁਲਾ ਲੈਂਦੇ ਨੇ, ਔਰ ਜਦੋਂ ਵੀ ਨਕੋਦਰ ਆਉਣਾ ਹੋਵੇ ਔਰ ਜ਼ਰੂਰ ਕੁਛ ਟਾਈਮ ਐਕਸਟਰਾ ਕੱਢ ਕੇ ਬਾਪੂ ਜੀ ਦੇ ਦਰਸ਼ਨ ਕਰਨ ਆਈਦਾ। ਔਰ ਵਾਕਈ ਇਸ ਜਗ੍ਹਾ ਦੇ ਵਿੱਚ ਕਿ ਮੈਨੂੰ ਲੱਗਦਾ ਕਿ ਮੇਰੇ ਜਿੱਦਾਂ ਨਾਨਕਿਆਂ ਦਾ ਘਰ ਇੱਥੇ, ਇਹ ਵੀ ਇੱਕ ਨਾਨਕਿਆਂ ਦਾ ਘਰ ਹੀ ਹੈ, ਅਤੇ ਜਿਹੜਾ ਜਿੱਥੇ ਇੱਕ ਬੜਾ ਸਕੂਨ ਮਿਲਦਾ, ਬਚਪਨ ਦੇ ਵਿੱਚ ਵੀ ਆਏ ਯਾਦਾਂ ਜੁੜੀਆਂ ਸੀ ਪੁਰਾਣੀਆਂ, ਇਹਨਾਂ ਗਲੀਆਂ 'ਚ ਖੇਡੀ ਦਾ ਹੀ ਬਾਪੂ ਜੀ ਦੇ ਦਰਸ਼ਨ ਵੀ 2-3 ਵਾਰੀ ਹੋਏ ਨੇ। ਹਾਂਜੀ ਹਾਂਜੀ, ਛੋਟਿਆਂ ਹੁੰਦਿਆਂ ਉਸ ਟਾਈਮ ਤੋਂ ਹੀ ਆਉਂਦੇ ਆ ਜੀ ਫਿਰ? ਹਾਂਜੀ, ਕਾਫੀ ਦੇਰ ਜੀ ਨਾਨਕਿਆਂ ਤੇ ਫਿਰ ਗੇੜਾ ਤੇ ਲੱਗਦਾ ਹੀ ਰਹਿੰਦਾ। ਕੀ ਨਾਮ ਤੁਹਾਡਾ? ਮੇਰਾ ਗੁਲਸ਼ਨ ਆਜ਼ਾਦ। ਗੁਲਸ਼ਨ ਆਜ਼ਾਦ ਜਲੰਧਰ ਤੋਂ। ਹਾਂਜੀ ਜੀ। ਬੱਲੂ ਜੀ, ਲਾਸਟ 'ਤੇ
ਜੇ ਹੁਣ ਆਪਾਂ ਬਾਪੂ ਦੀਆਂ ਗੱਲਾਂ ਕਰਦੇ ਰਹੀਏ ਤੇ ਫਿਰ ਤਾਂ ਭਾਵੇਂ ਆਪਾਂ ਲਗਾਤਾਰ 3 ਦਿਨ ਖੜੇ ਰਹੀਏ ਉਹ ਵੀ ਨਹੀਂ ਮੁੱਕਣੀਆਂ, ਹੈ ਨਾ ਜੀ? ਬਿਲਕੁਲ ਜੀ, ਭਾਈ ਹੁਣੀ ਜਿਨ੍ਹਾਂ ਨੇ ਬਾਪੂ ਜੀ ਦੇ ਨਾਲ ਬਹੁਤ ਲੰਮਾ ਸਮਾਂ ਬਿਤਾਇਆ, ਬਾਪੂ ਜੀ ਦੇ ਨਾਲ ਸੰਗਤ ਕੀਤੀ ਹੈ, ਮੇਰਾ ਖਿਆਲ ਆ ਕਿ ਉਹਨਾਂ ਕੋਲ ਇੰਨੀਆਂ ਕੁ ਗੱਲਾਂ ਨਾ, ਇੰਨੀਆਂ ਕੁ ਗੱਲਾਂ, ਤੁਸੀਂ 2 ਦਿਨ ਅਤੇ 2 ਰਾਤਾਂ ਉਹਨਾਂ ਦੇ ਨਾਲ ਬੈਠੇ ਰਹੋ ਤਾਂ ਉਹਨਾਂ ਦੀ ਬਾਪੂ ਜੀ ਦੀਆਂ ਸਿਫਤਾਂ ਮੁੱਕ ਨਹੀਂ ਸਕਦੀਆਂ। ਅਤੇ ਅਸੀਂ ਜੱਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜੋ ਕਿ ਬਾਪੂ ਜੀ ਦੀਆਂ ਬਹੁਤ ਰੋਚਕ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਜੱਗ ਨਿਊਜ਼ ਦਾ ਵੀ ਬਹੁਤ ਬਹੁਤ ਧੰਨਵਾਦ। ਜੈਕਾਰਾ ਲਵਲੀ ਸਾਈਂ ਸਰਕਾਰ ਦਾ, ਜੈਕਾਰਾ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ।